ਫਰੀਦਕੋਟ ਜਿਵੇਂ ਮੈਂ ਅਕਸਰ ਅਰਜ਼ ਕਰਦਾ ਕਿ ਮੁਕੱਦਸ ਧਰਤੀ ਆ ਅਤੇ ਦਰਵੇਸ਼ਾਂ ਪੀਰਾਂ ਫਕੀਰਾਂ ਦੀ ਧਰਤੀ ਆ। ਐਸੀ ਹਸਤੀ ਆ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਨ ਲਈ ਉਹਨਾਂ ਦਾ ਦੇਖੋ ਆਪਸ ਵਿੱਚ ਕਿਤਨਾ ਇੰਟਰਕਨੈਕਟਡ ਸੀਗੇ। ਜੇ ਸਾਡੇ ਰੂਹਾਨੀ ਰਹਿਬਰ ਸਾਡੇ ਸਤਿਗੁਰੂ ਜਾਂ ਪੀਰ ਫਕੀਰ ਆਪਸ ਵਿੱਚ ਇੰਨਾ ਪਿਆਰ ਕਰਦੇ ਸੀ ਫਿਰ ਅਸੀਂ ਕਿਉਂ ਨਾ ਆਪਸ ਵਿੱਚ ਪਿਆਰ ਕਰੀਏ। ਸਾਨੂੰ ਵੀ ਚਾਹੀਦਾ ਸਾਡੇ ਬਜ਼ੁਰਗ ਇੰਨਾ ਪਿਆਰ ਕਰਦੇ ਸੀ ਤਾਂ ਅਸੀਂ ਵੀ ਆਪਸ ਵਿੱਚ ਪਿਆਰ, ਇੱਥੋਂ ਪਿਆਰ ਦਾ ਮੈਸੇਜ ਦੇਣਾ ਚਾਹੀਦਾ। ਚੋਣਾਂ ਹੁੰਦੀਆਂ ਰਹਿੰਦੀਆਂ, ਜਿੱਤਾਂ ਹਾਰਾਂ ਵੀ ਹੁੰਦੀਆਂ ਰਹਿੰਦੀਆਂ, ਲੇਕਿਨ ਪਤਾ ਲੱਗੇ ਫਰੀਦਕੋਟ ਜਿਹੜੀ ਕੰਸਟੀਚੁਐਂਸੀ ਆ ਉੱਥੇ ਨਵਾਂ ਕੰਮ ਸ਼ੁਰੂ ਹੋ ਗਿਆ ਬਈ, ਕੋਈ ਨਾ ਭੈੜਾ ਬੋਲਣਾ ਅਤੇ ਨਾ ਕੋਈ ਕਿਸੇ ਨੂੰ ਨੈਗੇਟਿਵ ਸੋਚਣਾ, ਵਧੀਆ ਸੋਚਣਾ ਔਰ ਜਿੱਦਾਂ ਸਾਨੂੰ ਸਮਝਾਇਆ ਸਰਬੱਤ ਦਾ ਭਲਾ ਮੰਗਣਾ, ਇਹ ਕਰ ਰਹੇ ਹਾਂ। ਸਰ ਜਿਸ ਤਰ੍ਹਾਂ ਲਗਾਤਾਰ ਅਸੀਂ ਗੱਲ ਕਰਦੇ ਸੀ ਕਿ ਕਲਾਕਾਰਾਂ 'ਤੇ ਜ਼ਿਆਦਾ ਵਿਸ਼ਵਾਸ ਨਹੀਂ ਕਰਦੇ ਪੰਜਾਬ ਦੇ ਲੋਕ, ਪਰ ਉਸ ਤੋਂ ਬਾਅਦ ਵੀ ਪਾਰਟੀਆਂ ਵੱਲੋਂ ਲਗਾਤਾਰ ਜਿਹੜਾ ਕਲਾਕਾਰਾਂ ਨੂੰ ਮੈਦਾਨ, ਪਰ ਹੁਣ ਤੁਸੀਂ ਹੁਣ ਲਗਾਤਾਰ ਜੇ ਗੱਲ ਕਰੀਏ ਤਾਂ ਇੱਕ ਕਲਾਕਾਰ ਹੀ ਨਹੀਂ ਰਹੇ ਕਿਉਂਕਿ ਰਾਜਨੀਤੀ ਵਿੱਚ ਕਾਫੀ ਲੰਬਾ ਸਮਾਂ ਤੁਸੀਂ ਸੇਵਾ ਕਰ ਚੁੱਕੇ ਹੋ, ਕੀ ਲੱਗਦਾ ਕਿ ਆਉਣ ਵਾਲੇ ਭਵਿੱਖ ਵਿੱਚ ਅਗਰ ਤੁਸੀਂ ਇੱਥੋਂ ਸੀਟ ਜਿੱਤੇ ਹੋ ਤਾਂ ਫਰੀਦਕੋਟ ਵਾਸੀਆਂ ਲਈ ਕਹਿੰਦੇ ਕੀ ਅਜਿਹੇ ਕੰਮ ਹੋਣਗੇ ਜਿਹੜੇ ਤੁਸੀਂ ਕਰ ਸਕੋ? ਲੋਕ ਸੱਚ ਕਹਿੰਦੇ ਨੇ ਉਹ ਦੁੱਧ ਤੋਂ ਵੀ ਸੜੇ ਹੋਏ ਲੱਸੀ ਤੋਂ ਵੀ, ਲੇਕਿਨ ਇੱਕ ਮੇਰੀ ਬੇਨਤੀ ਹੈ ਕਿ ਪਰਟੀਕੁਲਰ ਪਰਸਨ ਟੂ ਪਰਸਨ ਇਹ ਦੇਖਣਾ ਚਾਹੀਦਾ ਕਿ ਜਿਹੜੇ ਕਲਾਕਾਰ ਜਿੱਤ ਕੇ ਦੁਬਾਰਾ ਨਜ਼ਰ ਨਹੀਂ ਆਏ ਉਹ ਮੈਂ ਸਮਝਦਾ ਬੁਰੀ ਗੱਲ ਹੈ, ਲੇਕਿਨ ਆਹ ਜਿਹੜਾ ਤੁਹਾਡਾ ਬੰਦਾ ਜਿਹਨੂੰ ਹੰਸਰਾਜ ਹੰਸ ਕਹਿੰਦੇ ਆ, ਨਾਂ ਰੱਖਿਆ ਸਰੀਰ ਦਾ, ਇਹ ਬੰਦਾ ਤਾਂ ਜੰਮ ਹੀ ਜਾਂਦਾ। ਜਿੱਦਣ ਪਹਿਲਾ ਇਲੈਕਸ਼ਨ ਲੜਿਆ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਕਿ ਬਸ ਹੁਣ ਤਮਾਸ਼ਾ ਬੰਦ, ਹੁਣ ਸਿਰਫ ਸੇਵਾ ਵੱਲ ਤੁਰਾਂਗਾ। ਦਿੱਲੀ ਤੁਸੀਂ ਦੇਖਿਆ, ਦਿੱਲੀਓਂ ਜਿੱਤਿਆ ਮੈਂ ਅਤੇ ਦਿੱਲੀ ਜੋਗਾ ਹੀ ਰਹਿ ਗਿਆ ਸੀ। 5 ਸਾਲਾਂ ਵਿੱਚ 5 ਵਾਰੀ ਜਲੰਧਰ ਆਇਆ ਹੋਣਾ ਮੈਂ, ਇਸ ਕਰਕੇ ਮੈਨੂੰ ਜਿਹੜੇ ਲੋਕ ਤੁਹਾਡੇ 'ਤੇ ਵਿਸ਼ਵਾਸ ਕਰਦੇ ਆ, ਯਕੀਨ ਕਰਦੇ ਆ, ਵੋਟ ਅਤੇ ਸਪੋਰਟ ਦਿੰਦੇ ਆ, ਜੇ ਉਹਨਾਂ ਨੂੰ ਬਾਅਦ 'ਚ ਲੱਭੋ ਹੀ ਨਾ ਤਾਂ ਫਾਇਦਾ ਕੀ? ਇਸ ਕਰਕੇ ਇੱਕੋ ਰੱਸੇ ਨਹੀਂ ਆਪਾਂ ਲੰਘਾਉਣਾ। ਜਿਨ੍ਹਾਂ ਨੇ ਇੱਦਾਂ ਕੀਤਾ ਬੁਰੀ ਗੱਲ ਹੈ, ਲੇਕਿਨ ਤੁਹਾਡਾ ਭਰਾ ਤਾਂ ਉੱਦਣ ਹੀ ਛੱਡਤਾ ਸੀ ਜਿੱਦਣ ਪਹਿਲੀ ਵਾਰੀ ਇਲੈਕਸ਼ਨ ਲੜਿਆ। ਤੁਸੀਂ ਦੇਖਿਆ ਪਹਿਲਾਂ ਮੈਂ ਇੱਥੇ ਕੈਂਪੇਨ ਲਈ ਆ ਜਾਂਦਾ ਸੀ ਕਦੀ ਕਿਤੇ ਕਦੀ ਕਿਤੇ, ਹੋਰ ਫਿਰ ਉਸ ਤੋਂ ਬਾਅਦ ਖਾੜੇ ਨਹੀਂ ਲਾਏ, ਪੇਡ ਜੋਬ ਨਹੀਂ ਕੀਤੀ, ਪੈਸੇ ਲੈ ਕੇ ਨਹੀਂ ਗਿਆ। ਅਕਸਰ ਦੇਖਣ 'ਚ ਮਿਲਦਾ ਵੀ ਜਦੋਂ ਕੋਈ ਬਾਹਰੀ ਉਮੀਦਵਾਰ ਨੂੰ ਘੋਸ਼ਿਤ ਕੀਤਾ ਜਾਂਦਾ ਤਾਂ ਲੋਕਲ ਜਿਹੜੇ ਹੁੰਦੇ ਨੇ ਵਰਕਰ ਨੇ ਉਹਨਾਂ 'ਚ ਕਾਫੀ ਨਿਰਾਸ਼ਾ ਹੁੰਦੀ ਹੈ ਕਿਉਂਕਿ ਉਹਨਾਂ, ਪਰ ਇੱਥੇ ਦੇਖਣ ਨੂੰ ਮਿਲਿਆ ਕਿ ਜਿਹੜੇ ਲੋਕਲ ਵਰਕਰ ਸੀ ਉਹ ਕਾਫੀ ਤੁਹਾਡਾ ਸਮਰਥਨ ਵੀ ਦੇ ਰਹੇ, ਤੁਹਾਨੂੰ ਸਾਥ ਵੀ ਦੇ ਰਹੇ ਨੇ। ਅੱਜ ਵਰਕਰ ਮੀਟਿੰਗ 'ਚ ਵੇਖਿਆ ਜੀ ਕਾਫੀ ਜਿਹੜਾ ਹੁੰਗਾਰਾ ਜਿਹੜਾ ਤੁਹਾਨੂੰ। ਮੈਂ ਇਸ ਗੱਲੋਂ ਬੜਾ ਹੈਰਾਨ ਹੋਇਆ ਕਿ ਜਿਨ੍ਹਾਂ ਨੇ ਜਿਹੜੇ ਇੱਥੇ ਲੋਕਲ ਵਰਕਰ ਆ ਉਹਨਾਂ 'ਚ ਚਾਹ ਚੜ ਗਿਆ, ਹਾਲਾਂਕਿ ਕਿਸੇ ਦਾ ਖੁਦ ਦਾ ਵੀ ਦਿਲ ਕਰਦਾ ਹੋਏਗਾ ਮੈਂ MP ਬਣਾ। ਜਦੋਂ ਮੇਰਾ ਨਾਂ ਲਿਆ ਉਹਨਾਂ ਕਿਹਾ ਛੱਡੋ ਜੀ, ਅਸੀਂ ਵੀ ਹੁਣ ਖਿਆਲ ਹੀ ਛੱਡਤਾ, ਹੁਣ ਇਸ ਬੰਦੇ ਨੂੰ ਜਿਤਾਓ। ਇਹ ਪਹਿਲੀ ਵਾਰੀ ਹੋਇਆ, ਅਦਰਵਾਈਜ਼ ਜਿਹੜਾ ਜਿਹਦੇ ਪਹਿਲੇ ਰੱਖਿਆ ਹੁੰਦਾ ਦਿਮਾਗ 'ਚ ਕਿ ਮੈਂ ਟਿਕਟ ਵਗੈਰਾ ਲੈਣੀ ਆ, ਉਹ ਫਿਰ ਵਿਰੋਧਤਾ ਵੱਲ ਤੁਰ ਪੈਂਦੇ ਹੁੰਦੇ। ਫਰੀਦਕੋਟ ਵਿੱਚ ਇੱਕ ਵੀ ਬੰਦਾ ਐਸਾ ਨਹੀਂ ਮਿਲਿਆ ਜੀ, ਸਾਰਿਆਂ ਨੇ ਕਿਹਾ ਜੀ ਮੇਰਾ ਦਿਲ ਕਰਦਾ ਸੀ, ਲੇਕਿਨ ਜਦੋਂ ਤੁਹਾਡਾ ਨਾਂ ਲਿਆ ਤਾਂ ਆਪਾਂ ਕਿਹਾ ਬਸ ਪਹਿਲਾਂ ਉਹਨੂੰ ਬਣਾਉਂਦੇ ਹਾਂ, ਅਸੀਂ ਫਿਰ ਸਾਨੂੰ ਬਣਾਏਗਾ ਉਹ। ਸਰ ਕਿਸਾਨਾਂ ਦੀ ਗੱਲ ਕਰੀਏ ਤਾਂ ਅੱਜ ਵੀ ਜਿਹੜਾ ਕਿਸਾਨਾਂ ਵੱਲੋਂ ਤੁਹਾਡਾ ਵਿਰੋਧ ਕੀਤਾ ਜਾ ਰਿਹਾ, ਔਰ ਹਾਲਾਂਕਿ SKM ਵੱਲੋਂ ਇੱਕ ਸੱਦਾ ਦਿੱਤਾ ਗਿਆ ਸੀ ਕਿ ਬਹੁਤ ਸ਼ਾਂਤੀਪੂਰਵਕ ਜਿਹੜੇ ਸਵਾਲ ਨੇ ਉਹ ਆਉਣ ਵਾਲੇ ਲੀਡਰਾਂ ਤੋਂ ਕੀਤੇ ਜਾਣ, ਪਰ ਦੇਖਿਆ ਗਿਆ ਸੀ ਇੱਥੇ ਵੀ ਸਥਿਤੀ ਜਿਹੜੀ ਕਾਫੀ ਉਗਰ ਹੋ ਗਈ ਸੀ ਔਰ ਤੁਹਾਡਾ ਗੱਡੀ ਦਾ ਵੀ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਹਨਾਂ ਕਿਸਾਨਾਂ ਨੂੰ ਕੀ ਕਹੋਗੇ? ਉਹਨਾਂ ਨੇ ਵੈਸੇ ਕਿਸਾਨਾਂ ਨੇ ਇਹ ਐਲਾਨ ਕੀਤਾ ਸੀ ਵੀ ਹੰਸਰਾਜ ਹੰਸਨਾ ਸਾਡੀ ਕੋਈ ਜ਼ਾਤੀ ਕੋਈ ਦੁਸ਼ਮਣੀ ਥੋੜ੍ਹੀ ਹੈ, ਕੋਈ ਗਲਤ ਫਹਿਮੀ ਥੋੜ੍ਹੀ ਹੈ,
ਤੇ ਸਾਡੀ ਕਿਹੜੀ ਨੱਕੇ ਵਾਲੀ ਲੜਾਈ ਉਹ ਪੋਲਿਸੀਜ਼ ਦੇ ਖਿਲਾਫ ਹੈ, ਕਿਉਂਕਿ ਹੁਣ ਬੀਜੇਪੀ ਰੂਲਿੰਗ ਪਾਰਟੀ ਹੈ ਤੇ ਉਹਨਾਂ ਨੇ ਰੂਲਿੰਗ ਪਾਰਟੀ ਨੂੰ ਔਰ ਪੋਲਿਸੀਜ਼ ਨੂੰ ਨਿੰਦਣਾ, ਇਸ ਕਰਕੇ ਨਿੰਦਣਾ ਕਿ ਉਹਨਾਂ ਦੇ ਹੱਕ ਜਿਹੜੇ ਕੁਛ ਮੰਨ ਲਏ ਗਏ, ਕੁਛ ਮਨਾਉਣ ਲਈ ਉਹਨਾਂ ਨੂੰ ਆਵਾਜ਼ ਤਾਂ ਉਠਾਉਣੀ ਪੈਣੀ ਹੈ। ਅਤੇ ਉਹਨਾਂ ਨੇ ਕਿਹਾ ਕਿ ਅਸੀਂ ਬਾਕੀ ਕੁਛ ਗੱਲਾਂ ਪੋਲੀਟੀਕਲੀ ਵੀ ਹੁੰਦੀਆਂ, ਕੁਛ ਪਾਰਟੀਆਂ ਨੇ ਕਿਹਾ ਹੁੰਦਾ ਵੀ ਚੱਕ ਕੇ ਰੱਖੋ ਕੰਮ, ਇਸ ਤਰ੍ਹਾਂ ਨਾ ਕਰਨ ਪੋਲੀਟੀਕਲ ਪਾਰਟੀ। ਹੁਣ ਤੁਸੀਂ ਉਹਨਾਂ ਨੂੰ ਮਿਲੋਗੇ, ਕਿਉਂਕਿ ਹੁਣ ਵੀ ਉਹ ਬਾਹਰ ਬੈਠੇ ਇੰਤਜ਼ਾਰ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਮਿਲੋਗੇ ਜਾਂ ਉਹਨਾਂ ਦੇ ਸਵਾਲਾਂ ਦਾ ਜਵਾਬ ਦੋਗੇ? ਨਹੀਂ, ਮੈਂ ਤਾਂ ਉਹਨਾਂ ਨੂੰ ਕਿਹਾ ਸੀ ਮਿਲਦੇ ਹਾਂ, ਮੈਂ ਉਹਨੂੰ ਕਿਹਾ ਸੀ ਢੰਗ ਤਰੀਕੇ ਨਾਲ, ਢੰਗ ਤਰੀਕੇ ਨਾਲ ਮੈਂ ਇਕੱਲਾ ਬਹਿ ਜਾਂਦਾ, ਪੰਜ ਪਰਮੇਸ਼ਰ ਹੀ ਹੁੰਦੇ ਆ, ਪੰਜ ਆ ਜਾਣ ਠੀਕ ਹੈ ਅਤੇ ਮੈਂ ਬਹਿ ਜਾਂਦਾ ਅਤੇ ਆਰਾਮ ਨਾਲ ਅਸੀਂ ਬੈਠਦੇ, ਮੈਂ ਇਕੱਲਾ ਹੀ ਹੋਵਾਂਗਾ। ਕੋਈ ਕਦੀ ਖੌਫ ਨਹੀਂ ਆਇਆ, ਡਰ ਨਹੀਂ ਆਇਆ, ਕਿੱਦਾਂ ਦੇ ਹਾਲਾਤ ਪੰਜਾਬ 'ਚ ਰਹੇ ਮੈਂ ਇੱਥੇ ਘੁੰਮਦਾ ਰਹਾ। ਉਹਨਾਂ ਦੇ ਸਵਾਲਾਂ ਤੋਂ ਤਾਂ ਨਹੀਂ ਭਜਦੇ ਨਜ਼ਰ ਆਓਗੇ? ਮੈਂ ਉਹਨਾਂ ਦੇ ਸਵਾਲ ਜਾਇਜ਼ ਹੈ, ਉਹ ਮੇਰੇ ਸਵਾਲ ਹੈ, ਉਹਨਾਂ ਦੇ ਕਦੇ ਡਿਫਰੈਂਸ ਨਾ ਆਪਾਂ ਖੁਦ ਹੀ ਨਾ ਪਾੜਾ ਪਾਈਏ, ਉਹ ਸਾਡੇ ਮਸਲੇ ਹੈ। ਜਦ ਮੇਰਾ ਖੇਤਾਂ ਨਾਲ ਤਾਲੁਕ ਹੈ ਤਾਂ ਮੈਨੂੰ ਉਹ ਸਵਾਲ ਵੀ ਸਮਝ ਆਉਂਦੇ।